ਆ ਜਾਓ ਨੇੜੇ ਨੂੰ ਆ ਜਾਓ ਸਾਰਿਆਂ ਦੇ ਨਾਲ। ਮਹਾਰਾਜ ਜੀ ਇਹ ਮਹਾਰਾਜ ਆਲੂ ਵੀ ਵਿੱਚ ਰੱਖੇ ਹੋਏ। ਜਾਗਰੂਕ ਕਰਨ ਲਈ ਅਸੀਂ ਮਾਰਚ ਕੱਢਿਆ ਤਾਂ ਕਿ ਸਾਡੀ ਜਿਹੜੀ ਵੋਟਿੰਗ ਹੈਗੀ ਹੈ ਉਹ ਮੈਕਸੀਮਮ ਪਰਸੈਂਟੇਜ ਹੋ ਸਕੇ ਔਰ ਪਬਲਿਕ ਨੂੰ ਆਪਣੇ ਹੱਕਾਂ ਦੀ ਪਤਾ ਲੱਗ ਸਕੇ ਕਿ ਵੀ ਵੋਟ ਜਿਹੜੀ ਹੈਗੀ ਹੈ ਇੱਕ ਪਬਲਿਕ ਦਾ ਹੱਕ ਹੈ, ਉਹ ਜ਼ਰੂਰ ਜਾਣ ਵੋਟ ਪਾਉਣ। ਇਹ ਹੈ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਹੈ ਕੈਂਡਲ ਮਾਰਚ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਆਪਣਾ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਜ਼ਰੂਰ ਉਹ ਅਵੇਲ ਕਰਨ ਅਤੇ ਵੋਟ 1 ਜੂਨ ਨੂੰ ਵੋਟ ਜ਼ਰੂਰ ਪਾਉਣ। ਆਫਿਸ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ SDM ਸਾਹਿਬ ਅਤੇ ਤਹਿਸੀਲਦਾਰ ਸਾਹਿਬ ਦੀ ਅਗਵਾਈ ਦੇ ਵਿੱਚ, ਇਹਦੇ ਵਿੱਚ ਵੱਖ ਵੱਖ ਸਕੂਲਾਂ ਦੇ ਤਕਰੀਬਨ 6-7 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਸੀ ਅਤੇ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਹੁੰਦੇ ਹੋਏ ਆਪਾਂ ਜਾਗਰੂਕ ਕਰਕੇ ਆਏ ਹਾਂ ਕਿ ਜਿਹੜਾ ਲੋਕਤੰਤਰ ਦਾ ਮਹਾਂਕੁੰਭ 1 ਜੂਨ ਨੂੰ ਹੋਣ ਜਾ ਰਿਹਾ, ਉਹਦੇ 'ਚ ਵੱਧ ਚੜ੍ਹ ਕੇ ਆਪਾਂ ਵੋਟ ਪਾਉਣ ਦੀ ਜਿਹੜੀ ਆ ਲੋਕਾਂ ਨੂੰ। ਅੱਜ ਅਸੀਂ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਵਿੱਚ ਸਾਡੇ ਮਾਨਯੋਗ DEO ਕਮ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਜੀ ਔਰ ਸਾਡੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ SDM ਸਰਦਾਰ ਰਾਜਪਾਲ ਸਿੰਘ ਸੇਖੋਂ, ਤਹਿਸੀਲਦਾਰ ਸ਼੍ਰੀ ਸੰਦੀਪ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਅੱਜ ਇੱਕ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਕੈਂਡਲ ਮਾਰਚ ਜਿਹੜਾ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਕੱਢਿਆ ਗਿਆ, ਜਿਹਦਾ ਮੁੱਖ ਮੰਤਵ ਹੈ ਕਿ ਵੋਟਰ ਜਿਹੜੇ ਆ ਉਹ ਜਾਗਰੂਕ ਹੋਣ ਅਤੇ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਉਹਨਾਂ ਦੇ ਵਿੱਚ ਆਪਣੇ ਮਤਦਾਨ ਦਾ ਇਸਤੇਮਾਲ ਜ਼ਰੂਰ ਕਰਨ ਔਰ ਮਤਦਾਨ ਕਰਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਾਤ ਪਾਤ ਦੇ ਪਿੱਛੇ ਨਹੀਂ ਜਾਣਾ, ਕਿਸੇ ਡਰ ਦੇ ਕਾਰਨ ਜਾਂ ਕਿਸੇ ਲਾਲਚ ਦੇ ਵਿੱਚ ਆ ਕੇ ਆਪਣਾ ਵੋਟ ਨਹੀਂ ਪਾਉਣਾ, ਬਿਲਕੁਲ ਇਮਾਨਦਾਰੀ ਦੇ ਨਾਲ
ਔਰ ਕਿਸੇ ਅੱਛੇ ਉਮੀਦਵਾਰ ਨੂੰ ਜਿਹੜਾ ਵੀ ਉਮੀਦਵਾਰ ਵੋਟਰ ਨੂੰ ਚੰਗਾ ਲੱਗਦਾ ਉਸ ਉਮੀਦਵਾਰ ਨੂੰ ਆਪਣਾ ਮਤ ਜਿਹੜਾ ਹੈ ਉਹ ਜ਼ਰੂਰ ਦੇਣਾ 1 ਜੂਨ 2024 ਨੂੰ ਲੋਕ ਸਭਾ ਦੇ ਲਈ। ਧੰਨਵਾਦ।